ਨਮਸਕਾਰ ਖਬਰਾਂ ਦੇ ਇਸ ਬਲੇਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਕੌਰ ਪਹਿਲਾਂ ਪੇਸ਼ ਨੇ ਚੁੰਨਮੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੀ ਕਰੋਨਾ ਵਿਰੁੱਧ ਲੜਾਈ ਵਿੱਚ ਵਿਆਪਕ ਤੌਰ ਤੇ ਟੈਸਟਿੰਗ ਸਥਾਨਕ ਕੰਟੇਨਮੈਂਟ ਜ਼ੋਨ ਸਥਾਪਿਤ ਕਰਨ ਤੇ ਲੋਕਾਂ ਨੂੰ ਮੁਕੰਮਲ ਤੇ ਸਹੀ ਜਾਣਕਾਰੀ ਪਹੁੰਚਾਉਣ ਨੂੰ ਵੱਡੇ ਹਥਿਆਰ ਦੱਸਿਆ ਪ੍ਰਧਾਨ ਮੰਤਰੀ ਨੇ ਵੱਖ-ਵੱਖ ਸੂਬਿਆਂ ਦੇ ਜ਼ਿਲ੍ਹਿਆਂ ਦੇ ਫੀਲਡ ਅਫਸਰਾਂ ਨਾਲ ਕਰੋਨਾ ਮਹਾਮਾਰੀ ਨਾਲ ਨਜਿੱਠਣ ਸੰਬੰਧੀ ਤਜਰਬਿਆਂ ਤੇ ਚਰਚਾ ਕੀਤੀ ਰੇਲਵੇ ਵੱਲੋਂ ਦੇਸ਼ ਭਰ ਵਿੱਚ ਸਥਿਤ ਆਪਣੇ ਹਸਪਤਾਲਾਂ ਵਿੱਚ ਆਕਸੀਜਨ ਪਲਾਂਟਾਂ ਦੀ ਗਿਣਤੀ 86 ਕਰ ਦਿੱਤੀ ਜਾਵੇਗੀ। ਦੇਸ਼ ਵਿੱਚ ਕਰੋਨਾ ਲਾਗ ਤੋਂ ਮੁਕਤ ਹੋਣ ਵਾਲਿਆਂ ਦੀ ਦਰਵੱਦ ਕੇ 85.6 ਫੀਸਦੀ ਹੋਈ। ਬੀਤੇ 24 ਘੰਟਿਆਂ ਦੌਰਾਨ 422000 ਤੋਂ ਵੱਧ ਵਿਅਕਤੀਆਂ ਨੂੰ ਸਿਹਤਯਾਬ ਐਲਾਨਿਆ ਗਿਆ। ਦੇਸ਼ ਵਿੱਚ ਹੁਣ ਤੱਕ 18 ਕਰੋੜ 5 ਲੱਖ ਤੋਂ ਵੱਧ ਲਾਪਾਤਰੀਆਂ ਨੂੰ ਕੋਵਿਡ ਰੋਕੂ ਟੀਕੇ ਲਗਾਏ ਜਾ ਚੁੱਕੇ ਨੇ। ਸੁਪਰੀਮ ਕੋਰਟ ਵੱਲੋਂ ਪੱਛਮ ਬੰਗਾਲ ਵਿੱਚ 2 ਮਈ ਨੂੰ ਚੋਣਾਂ ਮਗਰੋਂ ਹੋਈ ਹਿੰਸਾ ਦੌਰਾਨ ਦੋ ਪਾਛਪਾ ਵਰਕਰਾਂ ਦੀ ਮੌਤ ਦੇ ਮਾਮਲੇ ਵਿੱਚ ਪੱਛਮ ਬੰਗਾਲ ਸਰਕਾਰ ਨੂੰ ਨੋਟਿਸ ਜਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਕਰੋਨਾ ਵੈਕਸੀਨ ਲਗਾਉਣ ਤੋਂ ਝਿਜਕ ਤਿਆਗਣ ਦੀ ਅਪੀਲ ਕੀਤੀ ਕਰੋਨਾ ਮੁਕਤ ਪਿੰਡ ਅਭਿਆਨ ਤਹਿਤ 100% ਟੀਕਾਕਰਨ ਹਾਸਲ ਕਰਨ ਵਾਲੇ ਪਿੰਡਾਂ ਦੀਆਂ ਪੰਚਾਇਤਾਂ ਨੂੰ 10-10 ਲੱਖ ਰੁਪਏ ਵਿਸ਼ੇਸ਼ ਗ੍ਰਾਂਟ ਦੇਣ ਦਾ ਐਲਾਨ ਕਿੜੇ ਕਾਲ ਤੱਕ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਦਾंति ਦਾ ਅੰਮ੍ਰਿਤਸਰ ਸਥਿਤ ਗੁਰਦੁਆਰਾ ਸੰਗਰਾਣਾ ਸਾਹਿਬ ਨੇੜੇ ਅੰਤਿਮ ਸੰਸਕਾਰ ਕੀਤਾ ਗਿਆ ਤੇ ਪ੍ਰਧਾਨ ਮੰਤਰੀ ਗਰੀਬ ਕल्याण ਆਨਿ ਯੋਜਨਾ ਤਹਿਤ ਪੰਜਾਬ ਵਿੱਚ ਗਰੀਬ ਲੋਕਾਂ ਨੂੰ ਅਨਾਜ ਵੰਡਣ ਦਾ ਸਿਲਸਿਲਾ ਜਾਰੀ ਜਲੰਧਰ ਨੇੜੇ ਭੋਗਪੁਰ ਦੇ ਮਾਦੋਪੁਰ ਪਿੰਡ ਦੇ ਲਾਪਾਤਰੀਆਂ ਨੇ ਮੁਫਤ ਅਨਾਜ ਦਿੱਤੇ ਜਾਣ ਤੇ ਖੁਸ਼ੀ ਜ਼ਾਹਰ ਕੀਤੀ ਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਤ ਦੀ ਕੋਰੋਨਾ ਵਿਰੁੱਧ ਲੜਾਈ ਵਿੱਚ ਵਿਆਪਕ ਤੌਰ ਤੇ ਟੈਸਟਿੰਗ ਸਥਾਨਕ ਕੰਟੇਨਮੈਂਟ ਜ਼ੋਨ ਸਥਾਪਿਤ ਕਰਨ ਤੇ ਲੋਕਾਂ ਨੂੰ ਮੁਕੰਮਲ ਤੇ ਸਹੀ ਜਾਣਕਾਰੀ ਪਹੁੰਚਾਉਣ ਨੂੰ ਵੱਡੇ ਹਥਿਆਰ ਦੱਸਿਆ ਹੈ ਪ੍ਰਧਾਨ ਮੰਤਰੀ ਮੋਦੀ ਅੱਜ ਵੱਖ-ਵੱਖ ਸੂਬਿਆਂ ਦੇ ਜ਼ਿਲ੍ਹਿਆਂ ਦੇ ਫੀਲਡ ਅਫਸਰਾਂ ਨਾਲ कोरोना महामारी ਨਾਲ ਨਜਿੱਠਣ ਸੰਬੰਧੀ ਤਜਰਬਿਆਂ ਤੇ ਚਰਚਾ ਕਰ ਰਹੇ ਸਨ ਵਰਚੁਅਲ ਮਾਧਿਅਮ ਰਾਹੀਂ ਹੋਈ ਇਸ ਚਰਚਾ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਫੀਲਡ ਮੁਲਾਜ਼ਮ ਤੇ ਅਧਿਕਾਰੀ ਖੁਦ ਵੀ ਕੋਰੋਨਾ ਪੋਜ਼ੀਟਿਵ ਹੋ ਗਏ ਪਰ ਫੇਰ ਵੀ ਉਹ ਲੋਕਾਂ ਦੀ ਸੇਵਾ ਵਿੱਚ ਲੱਗੇ ਰਹੇ ਉਹਨਾਂ ਨੇ ਕਿਹਾ ਕਿ ਕਈ ਮੁਲਾਜ਼ਮਾਂ ਨੇ ਕੋਵਿਡ ਲਹਿਰ ਦੌਰਾਨ ਆਪਣੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਨੂੰ ਗਵਾਇਆ ਪਰ ਉਹਨਾਂ ਆਪਣੀਆਂ ਸੇਵਾਵਾਂ ਦੇਣੀਆਂ ਜਾਰੀ ਰੱਖੀਆਂ ਪ੍ਰਧਾਨ ਮੰਤਰੀ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਹਾ ਕਿ ਉਹ ਕੋਰੋਨਾ ਨਾਲ ਨਜਿੱਠਣ ਲਈ ਆਪਣੇ ਤਜਰਬੇ ਉਹਨਾਂ ਨੂੰ ਭੇਜਦੇ ਰਹਿਣ ਤਾਂ ਜੋ ਉਹਨਾਂ ਦੇ ਸਫਲ ਮਾਡਲਾਂ ਨੂੰ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਵੀ ਲਾਗ कोरोना की इस दूसरी वेव में अभी ग्रामीण और दुर्गम क्षेत्रों में हमें बहुत ध्यान देना है इसमें फील्ड में बिताया हुआ आप सभी का अनुभव और आपकी कुशलता ये बहुत काम आने वाली है हमें गांव गांव में जागरूकता भी बढ़ानी है और उन्हें कोविड के इलाज की सुविधाओं से भी जोड़ना है बढ़ते हुए केसों के और संसाधनों की सीमाओं के बीच लोगों की अपेक्षाओं को उचित समाधान देना आपको कहीं लगता है कि सरकार द्वारा बनाई पॉलिसी में जिला स्तर पर किसी इनोवेशन की जरूरत है उस इनोवेशन में से पॉलिसी को ताकत मिलेगी तो मेरा आपको खुली छूट है आप जरूर कीजिए अगर ये इनोवेशन आपके जिले की स्थानीय जरूरतों के हिसाब से है तो उसे उसी हिसाब में करिए अगर आपको लगता है कि आपने जो इनोवेशन किया है वो पूरे प्रदेश के लिए या पूरे देश के ਨਰੇਂਦਰ ਮੋਦੀ ਨੇ ਕਿਹਾ ਕਿ ਦੇਸ਼ ਦੇ ਹਰ ਹਿੱਸੇ ਦੀਆਂ ਵੱਖਰੀਆਂ ਸਮੱਸਿਆਵਾਂ ਨੇ ਤੇ ਇਹਨਾਂ ਵਾਸਤੇ ਹੱਲ ਵੀ ਵੱਖਰੇ ਚਾਹੀਦੇ ਨੇ। ਪ੍ਰਧਾਨ ਮੰਤਰੀ ਨੇ ਸਥਾਨਕ ਫੀਲਡ ਅਧਿਕਾਰੀਆਂ ਵੱਲੋਂ ਮਹਾਮਾਰੀ ਨੂੰ ਲੈ ਕੇ ਮੁੱਦਿਆਂ ਨਾਲ ਕੁਸ਼ਲ ਟਾਂਗ ਨਾਲ ਨਜਿੱਠਣ ਤੇ ਉਹਨਾਂ ਦੀ ਸ਼ਲਾਘਾ ਕੀਤੀ। ਉਹਨਾਂ ਪਾਰ ਦੇ ਪਿੰਡੂ ਖੇਤਰ ਵਿੱਚ ਕੁਸ਼ਲ ਪ੍ਰਬੰਧ ਤੇ ਤਕਨੀਕਾਂ ਲਈ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ ਕੀਤੀ। ਨਰੇਂਦਰ ਮੋਦੀ ਨੇ ਜ਼ਿਲ੍ਹਾ ਫੀਲਡ ਅਧਿਕਾਰੀਆਂ ਨੂੰ ਫੀਲਡ ਕਮਾਂਡਰਾਂ ਦਾ ਨਾਮ ਦਿੱਤਾ। ਉਹਨਾਂ ਕਿਹਾ ਇਹਨਾਂ ਫੀਲਡ ਕਮਾਂਡਰਾਂ ਨੇ ਕੋਰੋਨਾ ਦੇ ਅਸਰ ਨੂੰ ਘਟ ਕਰਨ ਲਈ ਪ੍ਰਭਾਵਸ਼ਾਲੀ ਕੰਟੇਨਮੈਂਟ ਰਣਨੀਤੀ ਸਥਾਨਕ ਪੱਧਰ ਤੇ ਲਾਗ ਨਰੇਂਦਰ ਮੋਦੀ ਨੇ ਕਿਹਾ ਕਿ ਫੀਲਡ ਅਧਿਕਾਰੀਆਂ ਨੇ ਫਰੰਟ ਲਾਈਨ ਕਾਮਿਆਂ ਵਿੱਚ ਵਿਸ਼ਵਾਸ ਪੈਦਾ ਕੀਤਾ ਤੇ ਦਵਾਈਆਂ ਤੇ ਮੈਡੀਕਲ ਉਪਕਰਨਾਂ ਦੀ ਜਮ੍ਹਾਂ ਖੋਰੀ ਵਿਰੁੱਧ ਵੀ ਕਾਰਵਾਈ ਕੀਤੀ। ਪ੍ਰਧਾਨ ਮੰਤਰੀ ਨੇ ਜ਼ਿਲ੍ਹਾ ਥਾਟੀਆਂ ਨੂੰ ਕੋਰੋਨਾ ਤੇ ਕਾਬੂ ਪਾਉਣ ਲਈ ਕੇਂਦਰ ਦੇ ਸੂਚਾਰੂ ਸਮਰਥਨ ਦਾ ਪ੍ਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਪਿਛਲੇ ਸਾਲ ਤੋਂ ਹੀ ਇਸ ਗੱਲ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਹਰ ਜ਼ਿੰਦਗੀ ਨੂੰ ਬਚਾਉਣਾ ਮਹੱਤਵਪੂਰਨ ਹੈ। ਨਰੇਂਦਰ ਮੋਦੀ ਨੇ ਕਿਹਾ ਕਿ ਲਗਾਤਾਰ ਵੱਧਦੇ ਕੋਰੋਨਾ ਮਾਮਲਿਆਂ ਤੇ ਪਿੰਡੂ ਖੇਤਰਾਂ ਵਿੱਚ ਸਿਹਤ ਮੌਲ ਟਾਣਚਾਂ ਨੂੰ ਦਰਪੇਸ਼ ਚੁਣੌਤੀਆਂ ਦਰਮਿਆਨ ਜ਼ਿਲ੍ਹਾ ਅਧਿਕਾਰੀਆਂ ਨੂੰ ਲੋਕਾਂ ਤੱਕ ਪਹੁੰਚ ਕਰਨ ਲਈ ਵਧੇਰੇ ਜ਼ਿੰਮੇਵਾਰੀ ਸੌਂਪੀ ਗਈ ਹੈ। ਨਰੇਂਦਰ ਮੋਦੀ ਨੇ ਸਥਾਨਕ ਕੰਟੇਨਮੈਂਟ ਦਿਸ਼ਾ-ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ, "ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਪਾਬੰਦੀਆਂ ਦੌਰਾਨ ਲੋਕਾਂ ਦੀ ਆਮ ਜ਼ਿੰਦਗੀ ਤੇ ਜ਼ਰੂਰੀ ਵਸਤਾਂ ਦੀ ਉਪਲਬਧਤਾ ਪ੍ਰਭਾਵਿਤ ਨਾ ਹੋਵੇ।" ਨਰੇਂਦਰ ਮੋਦੀ ਨੇ ਵੱਖ-ਵੱਖ ਸੂਬਿਆਂ ਤੇ ਜ਼ਿਲ੍ਹਿਆਂ ਵਿੱਚ ਆਕਸੀਜਨ ਸਪਲਾਈ ਦੀ ਉਚਿਤ ਵਰਤੋਂ ਤੇ ਇਸ ਦੀ ਨਿਗਰਾਨੀ ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਕਿ ਪੀਐਮ ਕੇਅਰਜ਼ ਫੰਡ ਵਿੱਚੋਂ ਜ਼ਿਲ੍ਹਿਆਂ ਵਿੱਚ ਆਕਸੀਜਨ ਪਲਾਂਟ ਸਥਾਪਿਤ ਕਰਨ ਦਾ ਕੰਮ ਸਰਗਰਮੀ ਨਾਲ ਮੁਕੰਮਲ ਕੀਤਾ ਗਿਆ। ਉਹਨਾਂ ਆਕਸੀਜਨ ਦੀ ਸਪਲਾਈ ਤੇ ਇਸ ਦੀ ਵਰਤੋਂ ਵਿਚਾਲੇ ਵਿਤ ਨੂੰ ਪਰਨ ਲਈ ਜ਼ਿਲ੍ਹਾ ਮਾਨਿਟਰਿੰਗ ਸੈੱਲ ਸਥਾਪਿਤ ਕਰਨ ਲਈ ਆਖਿਆ। ਨਰੇਂਦਰ ਮੋਦੀ ਨੇ ਕਿਹਾ ਕਿ ਭਾਰਤ ਨੇ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਚਲਾਈ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਟੀਕਿਆਂ ਦੀ ਸਹੀ ਵਰਤੋਂ ਤੇ ਘਟੋ-ਘਾਟ ਬਰਬਾਦੀ ਦੇਸ਼ ਨੂੰ ਕਰੋਨਾ ਮਹਾਮਾਰੀ ਦੇ ਸੰਕਟ ਵਿੱਚੋਂ ਕੱਢਣ ਲਈ ਜ਼ कोरोना के खिलाफ इस युद्ध में आप सब लोग एक बहुत महत्वपूर्ण भूमिका में हैं। आप एक तरह से इस युद्ध के फील्ड कमांडर हैं टीकाकरण कोविड से लड़ाई का एक सशक्त माध्यम है इसलिए इससे जुड़े हर भ्रम को hame mil kar ke usko nirast karna hai ਰੇਲਵੇ ਵੱਲੋਂ ਦੇਸ਼ ਭਾਰ ਵਿੱਚ ਸਥਿਤ ਆਪਣੇ ਹਸਪਤਾਲਾਂ ਵਿੱਚ ਆਕਸੀਜਨ ਪਲਾਂਟਾਂ ਦੀ ਸੰਖਿਆ 86 ਕਰ ਦਿੱਤੀ ਜਾਵੇਗੀ ਚਾਰ ਆਕਸੀਜਨ ਪਲਾਂਟ ਪਹਿਲਾਂ ਹੀ ਰੇਲਵੇ ਦੇ ਹਸਪਤਾਲਾਂ ਵਿੱਚ ਚੱਲ ਰਹੇ ਨੇ ਜਦਕਿ 52 ਆਕਸੀਜਨ ਪਲਾਂਟ ਸਥਾਪਿਤ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ ਤੇ 30 ਆਕਸੀਜਨ ਪਲਾਂਟ ਸਥਾਪਿਤ ਕੀਤੇ ਜਾਣ ਦੇ ਅਮਲ ਦੀਆਂ ਵੱਖ-ਵੱਖ ਸਟੇਜਾਂ ਵਿੱਚ ਨੇ ਇਸ ਦੇ ਇਲਾਵਾ ਦੇਸ਼ ਭਾਰ ਵਿੱਚ ਰੇਲਵੇ ਦੇ 86 ਹਸਪਤਾਲਾਂ ਵਿੱਚ ਸਮਰੱਥਾ ਵੀ ਵੱਡੇ ਪੱਧਰ ਤੇ ਵਧਾਈ ਜਾ ਰਹੀ ਹੈ ਪਿਛਲੇ ਕੁਝ ਦਿਨਾਂ ਦੌਰਾਨ ਰੇਲਵੇ ਹਸਪਤਾਲਾਂ ਵਿੱਚ ਕਰੋਨਾ ਦੇ ਇਲਾਜ ਲਈ ਬੈੱਡਾਂ ਦੀ ਸੰਖਿਆ 2539 ਤੋਂ ਵਧਾ ਕੇ 6972 ਕੀਤੀ ਗਈ ਇਨਵੇਸਿਵ ਵੈਂਟੀਲੇ ਵੰਦੀ ਸੰਖਿਆ ਵੀ 62 ਤੋਂ ਵਧਾ ਕੇ 296 ਕੀਤੀ ਗਈ। ਰੇਲਵੇ ਹਸਪਤਾਲਾਂ ਵਿੱਚ ਬਾਈਪਾਸ ਮਸ਼ੀਨਾਂ, ਆਕਸੀਜਨ ਕਨਸੈਂਟਰੇਟਰਾਂ ਤੇ ਆਕਸੀਜਨ ਸਿਲੰਡਰਾਂ ਵਰਗੇ ਅਤ ਜ਼ਰੂਰੀ ਉਪਕਰਣ ਵੀ ਦਿੱਤੇ ਜਾ ਰਹੇ ਨੇ। ਦੇਸ਼ ਵਿੱਚ ਸਿਹਤ ਯਾਗੀ ਦੇ ਅੰਕੜੇ ਲਗਾਤਾਰ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਤੋਂ ਵੱਧ ਦਰਜ ਕੀਤੇ ਜਾ ਰਹੇ ਨੇ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿੱਚ ਬੀਤੇ 24 ਘੰਟਿਆਂ ਦੌਰਾਨ कोरोना ਦੇ 263000 ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ ਜਿਸ ਨਾਲ ਕੁੱਲ ਪੋਜ਼ਿਟਿਵ ਮਾਮਲਿਆਂ ਦੀ ਗਿਣਤੀ 2 ਕਰੋੜ 52 ਲੱਖ ਤੋਂ ਪਾਰ ਹੋ ਗਈ ਹੈ ਇਸ ਅਰਸੇ ਦੌਰਾਨ 4329 ਮੌਤਾਂ ਦਰਜ ਹੋਈਆਂ ਨੇ ਇਸ ਮਹਾਮਾਰੀ ਨਾਲ ਦੇਸ਼ ਵਿੱਚ ਹੁਣ ਤੱਕ 278000 ਤੋਂ ਵੱਧ ਮੌਤਾਂ ਦਰਜ ਕੀਤੀਆਂ ਜਾ ਚੁੱਕੀਆਂ ਨੇ ਬੀਤੇ 24 ਘੰਟਿਆਂ ਦੌਰਾਨ 422000 ਤੋਂ ਵੱਧ ਵਿਅਕਤੀਆਂ ਨੂੰ ਸਿਹਤਯਾਬ ਐਲਾਨਿਆ ਗਿਆ ਹੈ ਦੇਸ਼ ਵਿੱਚ ਹੁਣ ਤੱਕ 2 ਕਰੋੜ 15 ਲੱਖ ਤੋਂ ਵੱਧ ਵਿਅਕਤੀ ਕੋਰੋਨਾ ਲਾਗ ਤੋਂ ਮੁਕਤ ਐਲਾਨੇ ਜਾ ਚੁੱਕੇ ਨੇ ਦੇਸ਼ ਵਿੱਚ ਸਿਹਤਯਾਬ ਹੋਈ ਮਰੀਜ਼ਾਂ ਦੀ ਦਰ ਵੱਧ ਕੇ 85.6% ਹੋ ਗਈ ਹੈ ਭਾਰਤ ਵਿੱਚ ਇਸ ਵੇਲੇ ਐਕਟਿਵ ਕਰੋਨਾ ਮਾਮਲਿਆਂ ਦੀ ਕੁੱਲ ਗਿਣਤੀ 33,753,000 ਤੋਂ ਵੱਧ ਦਰਜ ਕੀਤੀ ਜਾ ਰਹੀ ਹੈ ਜੋ ਕੁੱਲ ਮਾਮਲਿਆਂ ਦਾ 13.29% ਬਣੀ ਹੈ ਅੰਕੜਿਆਂ ਮੁਤਾਬਕ ਬੀਤੇ ਦਿਨ ਦੇਸ਼ ਵਿੱਚ 15,10,000 ਤੋਂ ਵੱਧ ਲਾਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ ਹੁਣ ਤੱਕ 18 ਕਰੋੜ 44 ਲੱਖ ਤੋਂ ਵੱਧ ਲਾਪਾਤਰੀਆਂ ਨੂੰ ਕੋਵਿਡ ਰੋਕੂ ਟੀਕੇ ਲਗਾਏ ਜਾ ਚੁੱਕੇ ਨੇ ਸੁਪਰੀਮ ਕੋਰਟ ਨੇ ਅੱਜ ਪੱਛਮ ਬੰਗਾਲ ਵਿੱਚ 2 ਮਈ ਨੂੰ ਚੋਣਾ ਮਗਰੋਂ ਹੋਈ ਹਿੰਸਾ ਦੌਰਾਨ ਦੋ ਭਾਜਪਾ ਵਰਕਰਾਂ ਦੀ ਮੌਤ ਦੇ ਮਾਮਲੇ ਵਿੱਚ ਪੱਛਮ ਬੰਗਾਲ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਸੁਪਰੀਮ ਕੋਰਟ ਵਿੱਚ ਹਿੰਸਾ ਦੌਰਾਨ ਮਾਰੇ ਗਏ ਭਾਜਪਾ ਨੇਤਾ ਅਵਿਜੀਤ ਸਰਕਾਰ ਦੇ ਪਰਾ ਬਿਸਵਜੀਤ ਸਰਕਾਰ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਵਿੱਚ ਉਸਨੇ ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਗਠਿਤ ਕਰਨ ਦੀ ਮੰਗ ਕੀਤੀ ਸੀ ਇਹ ਪਟੀਸ਼ਨ ਹਿੰਸਾ ਵਿੱਚ ਮਾਰੇ ਗਏ ਭਾਜਪਾ ਦੇ ਇੱਕ ਹੋਰ ਮੈਂਬਰ ਹਰਨ ਅਧਿਕਾਰੀ ਦੀ ਵਿਧਵਾ ਪਤਨੀ ਤੇ ਬਿਸਵਜੀਤ ਸਰਕਾਰ ਵੱਲੋਂ ਸਾਂਝੇ ਤੌਰ ਤੇ ਦਾਇਰ ਕੀਤੀ ਗਈ ਸੀ ਸੁਣਵਾਈ ਦੌਰਾਨ ਸੀਨੀਅਰ ਐਡਵੋਕੇਟ ਮਹੇਸ਼ ਜੇਠ ਮਲਾਨੀ ਨੇ ਅਦਾਲਤ ਨੂੰ ਕਿਹਾ ਕੇ ਸਰਕਾਰੀ ਮਸ਼ੀਨਰੀ ਨੇ ਹਿੰਸਾ ਨੂੰ ਕੰਟਰੋਲ ਕਰਨ ਲਈ ਕੁਝ ਨਹੀਂ ਕੀਤਾ ਉਹਨਾਂ ਇਸ ਹਿੰਸਾ ਲਈ ਸੂਬਾ ਸਰਕਾਰ ਤੇ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ ਅਦਾਲਤ ਨੇ ਇਸ ਮਾਮਲੇ ਤੇ ਅਗਲੀ ਸੁਣਵਾਈ 25 ਮਈ ਤੇ ਪਾ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਕਰੋਨਾ ਵੈਕਸੀਨ ਲਗਾਉਣ ਤੋਂ ਝਿਜਕ त्याਗਣ ਦੀ ਅਪੀਲ ਕਰਦੇ ਆਂ कोरोना मुक्त ਪਿੰਡ ਅਭਿਆਨ ਤਹਿਤ 100% ਟਿਕਾਕਰਨ ਟੀਜਾ ਹਾਸਲ ਕਰਨ ਵਾਲੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਸ਼ੇਸ਼ ਵਿਕਾਸ ਗ੍ਰਾਂਟ ਵਜੋਂ 10-10 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਸਰਪੰਚਾਂ ਤੇ ਪੰਚਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਿਰੁੱਧ ਲੜਾਈ ਵਿੱਚ ਆਪਣੇ ਪਿੰਡਾਂ ਵਿੱਚ ਅਗਵਾਈ ਕਰਨ। ਉਨ੍ਹਾਂ ਸਰਪੰਚਾਂ ਤੇ ਪੰਚਾਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਕੋਰੋਨਾ ਦੇ ਹਲਕੇ ਲੱਛਣ ਹੋਣ ਦੀ ਸੂਰਤ ਵਿੱਚ ਵੀ ਟੈਸਟ ਕਰਾਉਣ ਲਈ ਪ੍ਰੇਰਿਤ ਕਰਨ ਤੇ ਪਿੰਡਾਂ ਵਿੱਚ ਯੋਗ ਲਾਪਾਤਰੀਆਂ ਨੂੰ ਟੀਕਾ ਲਗਾਉਣ ਲਈ ਕਹਿਣ। ਅੱਜ ਵਰਚੁਅਲ ਮਾਧਿਅਮ ਰਾਹੀਂ ਮੁੱਖ ਮੰਤਰੀ ਨੇ ਸੂਬੇ ਭਾਰਵਿਚ 4000 ਵਾਕਵਕ ਥਾਵਾਂ ਤੋਂ 2 Gracias. ਕੋਵਿਡ ਤੋਂ ਬਚਾਅ ਨੂੰ ਲੈ ਕੇ ਚਰਚਾ ਕੀਤੀ ਮੁੱਖ ਮੰਤਰੀ ਦਾ ਇਹ ਪ੍ਰੋਗਰਾਮ ਪਿੰਡਾਂ ਵਿੱਚ ਐਲਈਡੀ ਸਕਰੀਨਾਂ ਰਾਹੀਂ ਦਿਖਾਇਆ ਗਿਆ ਮੁੱਖ ਮੰਤਰੀ ਨੇ ਦੱਸਿਆ ਕਿ ਉਹਨਾਂ ਦੀ ਸਰਕਾਰ ਨੇ ਪੰਚਾਇਤਾਂ ਦੇ ਫੰਡ ਚੋਂ ਕਰੋਨਾ ਦੇ ਇਲਾਜ ਲਈ ਰੋਜ਼ਾਨਾ 5000 ਰੁਪਏ ਖਰਚਣ ਦੀਆਂ ਤਾਕਤਾਂ ਸਰਪੰਚਾਂ ਨੂੰ ਦਿੱਤੀਆਂ ਨੇ ਤੇ ਸਰਪੰਚ ਇਹਨਾਂ ਫੰਡਾਂ ਵਿੱਚੋਂ 50000 ਰੁਪਏ ਤੱਕ ਦੀ ਰਕਮ ਖਰਚ ਸਕਦੇ ਨੇ ਮੁੱਖ ਮੰਤਰੀ ਨੇ ਪਿੰਡਾਂ ਦੇ ਮੁਖੀਆਂ ਨੂੰ ਕਰੋਨਾ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕਤਾ ਅਭਿਆਨ ਚਲਾਉਣ ਲਈ ਕਿਹਾ ਉਹਨਾਂ ਪੰਚਾਇਤਾਂ ਨੂੰ ਸਾਬਕਾ ਸੈਨਿਕਾਂ ਦੀ ਸਹਾਇਤਾ ਨਾਲ ਵਿਸ਼ੇਸ਼ ਮੈਡੀਕਲ ਕੈਂਪ ਲਾਉਣ ਦੀ ਵੀ ਅਪੀਲ ਕੋરોના ਨਾਲ ਪੀੜਤ ਲੋਕਾਂ ਨੂੰ ਪਿੰਡਾਂ ਵਿੱਚ ਜਾਣ ਤੋਂ ਰੋਕਣ ਲਈ ਠਿਕਰੀ ਪੈਰਾ ਲਗਾਉਣ ਤੇ ਕੋરોના ਲਈ ਪੋਜ਼ਿਟਿਵ ਪਾਏ ਗਏ ਹਰ ਇੱਕ ਵਿਅਕਤੀ ਨੂੰ ਪੰਜਾਬ ਸਰਕਾਰ ਦੀ ਤਰਫੋਂ ਦਿੱਤੀਆਂ ਜਾਂਦੀਆਂ ਫਤਿਹ ਕਿੱਟਾਂ ਮੁਹੱਈਆ ਕਰਵਾਉਣ ਮੁੱਖ ਮੰਤਰੀ ਨੇ ਕਿਹਾ ਕਿ ਕਰੋਨਾ ਦੇ ਲੱਛਣ ਹੋਣ ਤੇ ਹੀ ਲੋਕਾਂ ਨੂੰ ਕਵਾਰੰਟਾਈਨ ਕਰਨਾ ਚਾਹੀਦਾ ਹੈ ਤੇ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਤੁਰੰਤ ਟੈਸਟ ਕਰਵਾਉਣੇ ਚਾਹੀਦੇ ਨੇ ਤਾਂ ਜੋ ਬਾਅਦ ਵਿੱਚ ਗੰਭੀਰ ਸੱਟੇ ਨਾ ਪੁੱਗਤ ਨੇ ਪੈਣ। ਮੁੱਖ ਮੰਤਰੀ ਨੇ ਪਿੰਡਾਂ ਦੇ ਲੋਕਾਂ ਨੂੰ ਕਰੋਨਾ ਦੇਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਦੇ ਇਸ ਦੌਰ ਵਿੱਚ ਗਰੀਬ ਪਰਿਵਾਰਾਂ ਦੇ ਹਰ ਜੀ ਨੂੰ 10 ਕਿਲੋ ਆਟਾ, 2 ਕਿਲੋ ਚਨੇ ਤੇ 2 ਕਿਲੋ ਚੀਨੀ ਫੂਡ ਕਿਟ ਵਿੱਚ ਦਿੱਤੀ ਜਾ ਰਹੀ ਹੈ। ਇਸੇ ਇਲਾਵਾ ਭਾਰ ਸਰਕਾਰ ਦੀ ਤਰਫੋਂ ਵੀ ਲੋਕਾਂ ਨੂੰ ਪ੍ਰਤੀਜੀ 10-10 ਕਿਲੋ ਆਟਾ ਮੁਹੱਈਆ ਕਰਵਾ ਸ਼੍ਰੀ ਅਕਾਲ ਤਖ਼ਤਾ ਸਾਹਿਬ ਦੇ ਸਾਫਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਦਾ ਅੱਜ ਅੰਮ੍ਰਿਤਸਰ ਸਥਿਤ ਗੁਰਦੁਆਰਾ ਸੰਗਰਾਣਾ ਸਾਹਿਬ ਨੇੜੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਇਸ ਮੌਕੇ ਸਿੱਖ ਪੰਥ ਦੀਆਂ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ ਜਿਨ੍ਹਾਂ ਜਥੇਦਾਰ ਵਿਦਾਂਤੀ ਨੂੰ ਅੰਤਿਮ ਵਿਦਾਇਗੀ ਦਿੱਤੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਦੀ ਮ੍ਰਿਤਕ ਦੇ ਤੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਸ਼੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਤੇ ਸ਼੍ਰੀ ਕਾਲ ਤਖਤ ਸਾਹਿਬ ਦੀ ਤਰਫੋਂ ਗਿਆਨੀ ਮਲਕੀਤ ਸਿੰਘ ਤੱਕ ਤੇ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਬਾਬਾ ਅਵਤਾਰ ਸਿੰਘ ਸੋਰ ਸਿੰਘ ਤੇ ਹੋਰ ਵੱਖ-ਵੱਖ ਸੰਪਰਦਾਵਾਂ ਤੇ ਕਾਰ ਸੇਵਾ ਵਾਲੇ ਮਹਾਪੁਰਖਾਂ ਨੇ ਪੰਥਕ ਰਵਾਇਤ ਅਨੁਸਾਰ ਲੋਈ ਤੇ ਸਿਰੋਪਾਉ ਪਾ ਕੇ ਸਨਮਾਨ ਦਿੱਤਾ ਜ਼ਿਕਰ ਯੋਗ ਹੈ ਕਿ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਦਾ 15 ਮਈ ਨੂੰ ਦੇਹਾਂਤ ਹੋ कोरोना महामारी ਕਾਰਨ ਲੋਕਾਂ ਨੂੰ ਕੰਮਕਾਰਾਂ ਤੋਂ ਹੱਥ ਧੋਣਾ ਪਿਆ ਪੰਜਾਬ ਵਿੱਚ ਵੀ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਲਗਾਤਾਰ ਕੋਰੋਨਾ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਅਤੇ ਇਸ ਉਤੇ ਕਾਬੂ ਪਾਉਣ ਲਈ ਵੀਕਐਂਡ ਲਾਕਡਾਊਨ ਸਮੇਤ ਰਾਤ ਦਾ ਕਰਫਿਊ ਚੱਲ ਰਿਹਾ ਹੈ ਇਨ੍ਹਾਂ ਹਾਲਾਤਾਂ ਵਿੱਚ ਗਰੀਬ ਤੇ ਦਿਹਾੜੀਦਾਰਾਂ ਸਾਹਮਣੇ ਰੋਟੀ ਦਾ ਮਸਲਾ ਖੜਾ ਹੋ ਗਿਆ ਜਿਸ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਆਨ ਯੋਜਨਾ ਤਹਿਤ ਗਰੀਬਾਂ ਨੂੰ ਮੁਫਤ ਅਨਾਜ ਮੁਹੱਈਆ ਕਰਨ ਦੇ ਅਮਲ ਨੂੰ ਮਈ ਤੋਂ ਜੁਲਾਈ ਤੱਕ 3 ਮਹੀਨਿਆਂ ਲਈ ਵਧਾਇਆ ਹੈ ਇਸੇ ਯੋਜਨਾ ਤਹਿਤ ਅੱਜ ਜਲੰਧਰ ਨੇੜੇ ਭੋਗਪੁਰ ਦੇ ਮਾਦੋਪੁਰ ਪਿੰਡ ਵਿੱਚ ਕੋਈ 110 ਕੁਇੰਟਲ ਕਣਕ ਗਰੀਬਾਂ ਵਿੱਚ ਵੰਡੀ ਗਈ। ਇਲਾਕੇ ਦੇ ਫੂਡ ਇਨਸਪੈਕਟਰ ਰਜਨੀਸ਼ ਨੇ ਦੱਸਿਆ ਕਿ ਕੇਂਦਰ ਵੱਲੋਂ ਭੋਗਪੁਰ ਡਿਵੀਜ਼ਨ ਲਈ 1200 ਪਰਿਵਾਰਾਂ ਵਾਸਤੇ 4000 ਕੁਇੰਟਲ ਕਣਕ ਉਪਲਬਧ ਕਰਵਾਈ ਜਾ ਰਹੀ ਹੈ ਜੋ ਹਰੇਕ ਪਰਿਵਾਰਕ ਮੈਂਬਰ ਲਈ 10 ਕਿਲੋ ਦੇ ਹਿਸਾਬ ਨਾਲ ਵੰਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮਹੀਨੇ ਦੇ ਅੰਤ ਤੱਕ ਗਰੀਬਾਂ ਨੂੰ ਅਨਾਜ ਵੰਡਣ ਦਾ ਕੰਮ ਪੂਰਾ ਕਰ ਲਿਆ ਜਾਵੇਗਾ। ਮੁਫਤ ਕਣਕ ਹਾਸਲ ਕਰਨ ਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਲਾਭਪਾਤਰੀਆਂ ਸਤਨਾਮ ਸਿੰਘ, ਜਸਬ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਿਲੋਂ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਜਿਸ ਸਮੇਂ ਕਰੋਨਾ ਕਾਰਨ ਕੰਮਕਾਰ ਬਿਲਕੁਲ ਠੱਪ ਹੋ ਕੇ ਰਹਿ ਗਏ ਸਾਂ ਤੇ ਗਰੀਬ ਦਿਹਾੜੀਦਾਰਾਂ ਨੂੰ ਰੋਟੀ ਦੇ ਲਾਲੇ ਪੈ ਗਏ ਸਨ। ਉਸ ਸਮੇਂ ਕੇਂਦਰ ਸਰਕਾਰ ਨੇ ਉਹਨਾਂ ਦੀ ਬਾਹ ਫੜੀ ਤੇ ਉਹਨਾਂ ਨੂੰ ਮੁਫਤ ਅਨਾਜ ਮੁਹੱਈਆ ਕਰਵਾਇਆ। ਬਹੁਤ ਸੋਹਣਾ ਕੀਤਾ ਜੀ। ਸਰਕਾਰ ਨੇ ਸਾਡੇ ਵਾਸਤੇ ਘਰੀਬ ਬੰਦੇ ਆ ਜਿਹੜੀ ਚ ਮਿਲਦੀ ਰਹੇ। ਧੰਨਵਾਦ ਕਰਦੇ ਆ ਜੀ ਅਸੀਂ ਸਰਕਾਰ ਦਾ। ਮੋਦੀ ਸਰਕਾਰ ਦਾ ਬਹੁਤ ਖੇ ਵੇਲੇ ਸਾਡਾ ਸਾਥ ਦਿੱਤਾ। ਬਹੁਤ-ਬਹੁਤ ਧੰਨਵਾਦ। ਮੁਸ਼ਕਲਾਂ ਦੇ ਕਾਰਨ ਵਿੱਚ ਹੁੰਦੀ ਇਹ ਮੇਰਾ ਰਚਨਾ ਪਾਣੀ ਦੀ ਆ ਕੰਮਕਾਰ ਬੰਦ ਹੋ ਗਏ ਬਹੁਤ ਬਹੁਤ ਅਖਾਈ ਆਈ ਹਾਂਜੀ ਇਹ ਮੋਦੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਦੇ ਵਿੱਚ ਕਣਕ ਮੇੜੀ ਸਾਨੂੰ 40 ਕਿਲੋ ਜੀ ਤੇ ਅੱਗੇ ਵੀ ਸਰਕਾਰ ਨੇ ਸਾਨੂੰ ਦਿੱਤੇ ਆ ਤੇ ਆਪਣੇ ਇਹ ਚੱਲਦਾ ਜੀ ਜਿਹੜਾ ਕਰੋਨਾ ਟਾਈਪ ਚੱਲ ਰਿਹਾ ਜੀ ਸਰ ਉਹਦੇ ਬਾਰੇ ਸਾਨੂੰ ਗਵਰਨਮੈਂਟ ਨੇ ਹੋਣ ਸਾਨੂੰ ਘਰ ਪਰ ਤੇ 10 ਕਿਲੋ ਦਾਣੇ ਦਿੱਤੇ ਅਸੀਂ ਚਾਰ ਮੈਂਬਰਾਂ 40 ਕਿਲੋ ਦਿੱਤੇ ਅਸੀਂ ਅਸੀਂ ਗਰੀਬ ਬੰਦੇ ਆ ਜੀ ਜੀ ਸਰਕਾਰ ਦਾ ਧੰਨਵਾਦ ਕਰਾਂਗੇ ਜੀ ਗਰੀਬ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਵਿੱਚ ਕਣਕ ਦੀ ਆਮਦ جاری ਹੈ ਇਸ ਵਾਰ ਕਿਸਾਨ ਪਹਿਲੀ ਵਾਰ ਆਪਣੇ ਜਿੰਸ ਦੀ ਅਦਾਇਗੀ ਖਾਤਿਆਂ ਵਿੱਚ ਪ੍ਰਾਪਤ ਕਰਕੇ ਕਾਫੀ ਖੁਸ਼ ਨੇ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਮਗਰੋਂ ਇੱਕ ਦੋ ਦਿਨਾਂ ਦੇ ਅੰਦਰ ਹੀ ਸਿੱਧਾ ਲਾਭ ਤਬਾਦਲਾ ਪ੍ਰਣਾਲੀ ਰਾਹੀਂ ਅਦਾਇਗੀ ਪ੍ਰਾਪਤ ਹੋ ਜਾਂਦੀ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕੀੜੀ ਅਫਗਾਨਾ ਦੇ ਕਿਸਾਨ ਮੇਜਰ ਸਿੰਘ ਤੇ ਲੁਧਿਆਣਾ ਜ਼ਿਲ੍ਹੇ ਦੇ ਦولتਪੁਰ ਪਿੰਡ ਦੇ ਜਗਜੀਤ ਸਿੰਘ ਨੇ ਜਿੰਸ ਦੀ ਸਿੱਧੀ ਅਦਾਇਗੀ ਤੇ ਤਸੱਲੀ ਪ੍ਰਗਟ ਕਰਦਿਆਂ ਸਰਕਾਰ ਦਾ ਧੰਨਵਾਦ ਕੀਤਾ ਮੇਰਾ ਨਾਮ ਜਗਜੀਤ ਸਿੰਘ ਪੁੱਤਰ ਗਰਮੇਲ ਸਿੰਘ ਪਿੰਡ ਦولتਪੁਰ ਹੈ ਜੀ ਮੈਂ ਦਾਣਾ ਮੰਡੀ ਮਲੌਤ ਦੇ ਵਿੱਚ ਆਪਣੀ ਕਣਕ ਵੇਚਣ ਲਈ ਮੇਰੀ ਕਣਕ ਵਿਕ ਗਈ ਹੈ ਵੇਗਣ ਤੋਂ ਬਾਅਦ ਮੈਨੂੰ ਜਲਦੀ ਪੇਮੈਂਟ ਵੀ ਮੇਰੇ ਖਾਤੇ ਦੇ ਵਿੱਚ ਆ ਗਈ ਹੈ ਮੇਜਰ ਸਿੰਘ ਮੇਰਾ ਨਾਮ ਭਜਨ ਸਿੰਘ ਪਿੰਡ ਕਿੜੀਆ ਫਰਾਨਾ ਤੇ ਕਣਕ ਲਿਆ ਜੀ ਸੁੱਤੀ ਆ ਸਾਰੀਆਂ ਕੇ ਨੇ ਮੇਰੀ ਪੇਮੈਂਟ ਆ ਗਈ ਹੈ ਐਸਸੀਆਈ ਦਾ ਬਹੁਤ ਬਹੁਤ ਮੈਂ ਧੰਨਵਾਦ ਆ ਜੀ डीडी पंजाबी ਦੇ ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ YouTube ਚੈਨਲ RNU DDK ਜਲੰਧਰ ਤੇ ਵੀ ਦੇਖ ਸਕਦੇ ਨੇ ਤੇ ਇਹ ਬੁਲੇਟਿਨ RNU ਜਲੰਧਰ ਦੇ Twitter ਹੈਂਡਲ ਤੇ Facebook ਪੇਜ ਤੇ ਉਪਲਬਧ ਨੇ ਇਸ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਆਖਿਆ ਦਿਓ ਨਮਸਕਾਰ